ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਤਾਪਮਾਨ ਹੈ ਜਿਹੜਾ ਉਹ ਕਾਫੀ ਜ਼ਿਆਦਾ ਹੋ ਚੁੱਕਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਦਾ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਕਣਕ 'ਤੇ ਇਸ ਤਾਪਮਾਨ ਦੇ ਪ੍ਰਭਾਵ ਬਾਰੇ ਗੱਲ ਕਰੂੰਗਾ। ਕਿੰਨੇ ਤਾਪਮਾਨ ਨਾਲ ਕਿੰਨਾ ਝਾੜ ਘਟਦਾ, ਤਾਪਮਾਨ ਪ੍ਰਭਾਵ ਕੀ ਹੁੰਦਾ, ਪੌਦਾ ਆਪਣੇ ਆਪ ਨੂੰ ਕਿਵੇਂ ਬਚਾਉਂਦਾ ਅਤੇ ਅਸੀਂ ਇਸ ਤਾਪਮਾਨ ਪ੍ਰਭਾਵ ਤੋਂ ਆਪਣੀ ਫਸਲ ਨੂੰ ਕਿਵੇਂ ਬਚਾ ਸਕਦੇ ਹਾਂ। ਕੁਝ ਰਿਸਰਚ ਪੇਪਰਾਂ ਦੀ ਸਹਾਇਤਾ ਨਾਲ ਆਪਾਂ ਇਹਨਾਂ ਵਿਸ਼ਿਆਂ ਦੇ ਉੱਪਰ ਅੱਜ ਗੱਲਬਾਤ ਕਰਾਂਗੇ। ਅੰਤ ਤੱਕ ਜ਼ਰੂਰ ਸੁਣਿਓ। ਅਤੇ ਇਸ ਤਾਪਮਾਨ ਦੇ ਵਿੱਚ ਕਣਕ ਹੁਣ ਜਾਂ ਤਾਂ ਦੋਧੇ ਵਾਲੀ ਸਟੇਜ 'ਤੇ ਨਿਸਰ ਚੁੱਕੀ ਹੈ ਅਤੇ ਸੀਡ ਫਿਲਿੰਗ ਇਹਦੇ ਵਿੱਚ ਹੋ ਰਹੀ ਹੈ। ਅਤੇ ਅਕਸਰ ਇੰਨਾ ਤਾਪਮਾਨ ਹੈਗਾ ਜਿਹੜਾ ਉਹ ਹੀਟ ਸਟ੍ਰੈੱਸ ਦਾ ਕਾਰਨ ਬਣ ਜਾਂਦਾ, ਕਿਉਂਕਿ ਜਿਹੜਾ ਆਮ ਤਾਪਮਾਨ ਹੈ ਉਹ 15 ਤੋਂ 22 ਤੋਂ 25 ਡਿਗਰੀ ਸੈਲਸੀਅਸ ਤੱਕ ਜਿਹੜਾ ਹੈਗਾ ਉਹ ਇਸ ਸਟੇਜ ਜਿਹੜੀ ਹੁਣ ਚੱਲ ਰਹੀ ਹੈ ਇਹਦੇ ਵਾਸਤੇ ਲਾਹੇਵੰਦ ਹੁੰਦਾ। ਪਰੰਤੂ ਜਿਹੜਾ ਤਾਪਮਾਨ ਹੈ ਉਹ ਆਮ ਤਾਪਮਾਨ ਨਾਲੋਂ ਉੱਪਰ ਚੱਲ ਰਿਹਾ ਹੈ ਅਤੇ ਇਸ ਨੂੰ ਅਸੀਂ ਕਣਕ ਨੂੰ ਗਰਮੀ ਲੱਗਣਾ ਜਾਂ ਤਾਪਮਾਨ ਦਬਾ ਇਹ ਕਹਿ ਸਕਦੇ ਹਾਂ। ਆਹ ਕੁਛ ਜਿਹੜੀਆਂ ਖੋਜਾਂ ਨੇ ਇਹ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਅਤੇ ਇਹਨਾਂ ਖੋਜਾਂ ਦੀ ਸਹਾਇਤਾ ਨਾਲ ਮੈਂ ਗੱਲ ਕਰੂੰਗਾ। ਪਿੱਛੇ ਵੀ ਇੱਕ ਵੀਡੀਓ ਬਣਾਈ ਸੀ ਇਸ ਦੇ ਉੱਪਰ ਹੀ ਅਤੇ ਉਹਦੇ ਵਿੱਚ ਵੀ ਕੁਛ ਹੱਦ ਤੱਕ ਡਿਟੇਲ ਹੈਗੀ ਹੈ ਅਤੇ ਇਸ ਵੀਡੀਓ ਦੇ ਵਿੱਚ ਆਪਾਂ ਹੋਰ ਡਿਟੇਲ ਦੇ ਵਿੱਚ ਇਹਦੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹਨਾਂ ਖੋਜਾਂ ਮੁਤਾਬਕ ਇਹ ਪਤਾ ਲੱਗਦਾ ਕਿ ਗਲੋਬਲ ਵਾਰਮਿੰਗ ਯਾਨੀ ਕਿ ਵਿਸ਼ਵ ਤਾਪਮਾਨ ਦਾ ਜਿਹੜਾ ਪ੍ਰਭਾਵ ਹੈ ਉਹ ਕਾਫੀ ਹੈ, ਚਾਹੇ ਉਹ ਕਾਰਬਨ ਡਾਈਆਕਸਾਈਡ ਦੇ ਵਾਧੇ ਨਾਲ ਹੈ ਅਤੇ ਚਾਹੇ ਉਹ ਵੱਖ ਵੱਖ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਦਰੱਖਤ ਕੱਟਣਾ ਹੋਰ ਅਤੇ ਜ਼ਿਆਦਾ ਸ਼ਹਿਰੀਕਰਨ, ਇਹਨਾਂ ਸਾਰੀਆਂ ਚੀਜ਼ਾਂ ਨਾਲ ਧਰਤੀ ਦਾ ਤਾਪਮਾਨ ਹੈ ਜਿਹੜਾ ਵੱਧ ਰਿਹਾ ਅਤੇ 21ਵੀਂ ਸਦੀ ਦੇ ਅੰਤ ਤੱਕ ਇਹ 6 ਡਿਗਰੀ ਸੈਲਸੀਅਸ ਵੱਧ ਜੂਗਾ ਅਤੇ ਇਸ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਾਂ ਤਾਂ ਕਣਕ ਹੈਗੀ ਹੈ ਅਤੇ ਇਹਦੇ ਨਾਲ ਜਿਹੜੀਆਂ ਹੋਰ ਫਸਲਾਂ ਨੇ ਉਹਨਾਂ ਦੇ ਵਿੱਚ ਜੈਨੇਟਿਕ ਬਦਲਾਅ ਕਰਨਾ ਪਊਗਾ ਤਾਂ ਕਿ ਉਹ ਹੀਟ ਸਟ੍ਰੈੱਸ ਝੱਲ ਸਕਣ, ਜਾਂ ਫਿਰ ਸਾਨੂੰ ਕਾਰਬਨ ਡਾਈਆਕਸਾਈਡ ਦਾ ਜਿਹੜਾ ਹੈਗਾ ਉਤਸਰਜਨ ਹੈ ਉਹ ਘਟਾਉਣਾ ਪਊਗਾ। ਹੁਣ ਗੱਲ ਕਰਦੇ ਹਾਂ ਵੀ ਕਿੰਨਾ ਕੁ ਜਿਹੜਾ ਅਸਰ ਹੋ ਪੈਂਦਾ। 1 ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਨਾਲ 6% ਜਿਹੜੀ ਕਣਕ ਹੈ ਉਹ ਘੱਟ ਜਾਂਦੀ ਹੈ। ਇਹ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੇ 1% 1 ਡਿਗਰੀ ਸੈਲਸੀਅਸ ਤਾਪਮਾਨ ਵੱਧਦਾ ਹੈ ਤਾਂ 6% ਕਣਕ ਹੈ ਜਿਹੜੀ ਉਹ ਘੱਟ ਜਾਂਦੀ ਹੈ। ਹੀਟ ਸਟ੍ਰੈੱਸ ਨਾਲ ਕਣਕ ਦੀ ਪੈਦਾਵਾਰ ਕਿਵੇਂ ਘੱਟਦੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜੇ ਦਾਣੇ ਭਰਨ ਦੀ ਜਿਹੜੀ ਡਿਊਰੇਸ਼ਨ ਹੈ ਯਾਨੀ ਕਿ ਸਮਾਂ ਹੈ ਉਹਦੇ ਵਿੱਚ ਕਮੀ ਆ ਜਾਂਦੀ ਹੈ। ਦੂਸਰੇ ਨੰਬਰ 'ਤੇ ਦਾਣਿਆਂ ਦੇ ਨੰਬਰ ਦੇ ਵਿੱਚ ਯਾਨੀ ਕਿ ਜਿੰਨੇ ਦਾਣੇ ਕਬੱਲੀ ਦੇ ਵਿੱਚ ਹੋਣੇ ਚਾਹੀਦੇ ਨੇ ਉਨੇ ਨਹੀਂ ਬਣਦੇ। ਤੀਜੇ ਨੰਬਰ 'ਤੇ ਫੋਟੋਸਿੰਥੈਟਿਕ ਕਪੈਸਿਟੀ ਯਾਨੀ ਕਿ ਪ੍ਰਕਾਸ਼ ਸੰਸਲੇਸ਼ਣ ਸਮਰੱਥਾ ਜਿਹੜੀ ਉਹ ਘੱਟ ਜਾਂਦੀ ਹੈ। ਕਲੋਰੋਫਿਲ ਜਿਹੜਾ ਹਰੇ ਰੰਗ ਦਾ ਹੁੰਦਾ ਪੌਦਿਆਂ ਦੇ ਵਿੱਚ ਉਹਦੇ ਵਿੱਚ ਕਮੀ ਆ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਪ੍ਰੀ ਮੈਚੋਰ ਲੀਫ ਸੈਨੇਸੈਂਸ ਇਹਦਾ ਮਤਲਬ ਹੁੰਦਾ ਹੈ ਕਿ ਪੱਤੇ ਨੇ ਜਿਹੜੇ ਉਹ ਆਪਦੇ ਸਮੇਂ ਤੋਂ ਪਹਿਲਾਂ ਝੜਨੇ ਸ਼ੁਰੂ ਹੋ ਜਾਂਦੇ ਨੇ। ਟ੍ਰਾਂਸਲੋਕੇਸ਼ਨ ਦੇ ਵਿੱਚ ਕਮੀ ਆਉਂਦੀ ਹੈ ਯਾਨੀ ਕਿ ਪੱਤਿਆਂ ਤੋਂ ਜਿਹੜੀ ਦਾਣਿਆਂ ਦੇ ਵਿੱਚ ਖੁਰਾਕ ਜਾਣੀ ਸੀ ਉਹਦੇ ਵਿੱਚ ਵੀ ਕਮੀ ਆਉਂਦੀ ਹੈ ਅਤੇ ਇਹਨਾਂ ਸਾਰੀਆਂ ਦੇ ਨਾਲ ਨਾਲ ਜਿਹੜੀ ਪੈਦਾਵਾਰ ਹੈ ਉਹਦੇ ਵਿੱਚ ਕਮੀ ਆਉਂਦੀ ਹੈ ਅਤੇ ਦਾਣਿਆਂ ਦਾ ਭਾਰ ਘੱਟਦਾ। ਹੀਟ ਸਟ੍ਰੈੱਸ ਨਾਲ ਦਾਣੇ ਦੇ ਵਿੱਚ ਜਿਹੜੀ ਹੈਗੀ ਆ ਉਹ ਸਟਾਰਚ ਅਤੇ ਪ੍ਰੋਟੀਨ ਇਹਨਾਂ ਦੇ ਵਿੱਚ ਵੀ ਕਮੀ ਆ ਜਾਂਦੀ ਹੈ। ਇੱਕ ਹੋਰ ਮਹੱਤਵਪੂਰਨ ਗੱਲ, ਇੱਕ ਖੋਜ ਦੇ ਅਨੁਸਾਰ ਦੁੱਧਾ ਭਰਨ ਤੋਂ ਬਾਅਦ ਜਾਂ ਦਾਣੇ ਭਰਨ ਵੇਲੇ ਜੇ 14 ਦਿਨ ਤੱਕ ਲਗਾਤਾਰ ਹੀਟ ਸਟ੍ਰੈੱਸ ਹੋ ਜੇ ਤਾਂ 57% ਤੱਕ ਜਿਹੜੀ ਝਾੜ ਹੈ ਉਹਦੇ ਵਿੱਚ ਕਮੀ ਆ ਸਕਦੀ ਹੈ। ਹੁਣ ਅਸੀਂ ਕੀ ਕਰ ਸਕਦੇ ਹਾਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੇ ਖੇਤ ਨੂੰ ਨਿਰੰਤਰ ਵਾਚੋ ਅਤੇ ਲੋੜ ਅਨੁਸਾਰ ਪਾਣੀ ਜ਼ਰੂਰ ਦਿਓ, ਕਿਉਂਕਿ ਜਿਹੜਾ ਪਾਣੀ ਹੈ ਉਹੀ ਇੱਕੋ ਇੱਕ ਚੀਜ਼ ਹੈ ਸਾਡੇ ਕੋਲ ਇਸ ਟਾਈਮ ਜਿਹੜੀ ਹੀਟ ਸਟ੍ਰੈੱਸ ਨੂੰ
ਘਟਾ ਸਕਦੀ ਹੈ। ਪਰੰਤੂ ਇੱਕ ਖੋਜ ਨੇ ਇਹ ਵੀ ਦੱਸਿਆ ਕਿ ਜਿਹੜੀ ਹੀਟ ਸਟ੍ਰੈੱਸ ਹੈ, ਜੇ ਅਸੀਂ ਲਗਾਤਾਰ ਪਾਣੀ ਲਾਈ ਜਾਵਾਂਗੇ ਤਾਂ ਉਹਦੇ ਨਾਲ ਇਸ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ। ਤਾਂ ਕਰਨਾ ਕੀ ਹੈ, ਪਾਣੀ ਲਾਓ, ਉਸ ਤੋਂ ਬਾਅਦ ਛੱਡ ਦਿਓ, ਫਿਰ ਜੇਕਰ ਲੋੜ ਪੈਂਦੀ ਹੈ ਤਾਂ ਉਸ ਹਿਸਾਬ ਨਾਲ ਅਸੀਂ ਪਾਣੀ ਲਾ ਸਕਦੇ ਹਾਂ। ਇੱਕ ਹੋਰ ਇਹਨਾਂ ਨੇ ਦੱਸਿਆ ਕਿ ਜਿਹੜਾ ਹੀਟ ਸਟ੍ਰੈੱਸ ਹੈ ਉਸ ਨੂੰ ਘੱਟ ਕਰਨ ਦਾ ਉਹ ਇਲਾਜ ਹੈ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਸੀਂ ਬੀਜ ਪਾਉਂਦੇ ਹਾਂ, ਤਾਂ ਜੇ ਬੀਜ ਜ਼ਿਆਦਾ ਪਾਇਆ ਜਾਵੇ ਤਾਂ ਖੇਤ ਸੰਘਣਾ ਹੋਵੇ, ਜਿਹਦੇ ਕਰਕੇ ਜਿਹੜੀ ਧੁੱਪ ਹੈ ਉਹ ਥੱਲੇ ਤੱਕ ਨਾ ਜਾਵੇ, ਤਾਂ ਉਹਦੇ ਨਾਲ ਵੀ ਅਸੀਂ ਇਹਨੂੰ ਬਚਾ ਸਕਦੇ ਹਾਂ। ਉਂਝ ਜਿਹੜੇ ਪੌਦੇ ਨੇ ਉਹਨਾਂ ਦੇ ਵਿੱਚ ਵੀ ਟੋਲਰੈਂਸ ਮਕੈਨਿਜ਼ਮ, ਯਾਨੀ ਕਿ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦਾ ਮਕੈਨਿਜ਼ਮ ਹੁੰਦਾ, ਜਿਹਦੇ 'ਚ ਉਹ ਆਪਣੇ ਪੱਤੇ ਨੂੰ ਰੋਲ ਕਰ ਲੈਂਦੇ ਨੇ, ਯਾਨੀ ਕਿ ਮੋੜ ਲੈਂਦੇ ਨੇ, ਲੀਫ ਸ਼ੈਡਿੰਗ ਪੱਤੇ ਝਾੜ ਵੀ ਦਿੰਦੇ ਨੇ, ਜਿਹੜੇ ਪੱਤਿਆਂ ਦਾ ਸਾਈਜ਼ ਹੈ ਉਹ ਛੋਟਾ ਕਰ ਲੈਂਦੇ ਨੇ, ਸ਼ੁਰੂਆਤੀ ਸਟੇਜ ਦੀ ਗੱਲ ਹੈ ਇਹ, ਅਤੇ ਪੱਤੇ ਜਿਹੜੇ ਹੈਗੇ ਉਹ ਮੋਟੇ ਹੋ ਸਕਦੇ ਨੇ, ਉਹਨਾਂ ਦੀ ਮੋਟਾਈ ਦੇ ਵਿੱਚ ਫਰਕ ਆ ਸਕਦਾ। ਅਤੇ ਇਹਦੇ ਨਾਲ ਹੀ ਟਰਾਂਸਪੀਰੇਸ਼ਨਲ ਕੂਲਿੰਗ ਹੁੰਦੀ ਹੈ, ਯਾਨੀ ਕਿ ਆਪਣੇ ਸਤਾ ਦੇ ਵਿੱਚੋਂ ਪਾਣੀ ਜ਼ਿਆਦਾ ਬਾਹਰ ਨੂੰ ਕੱਢਣਗੇ, ਯਾਨੀ ਕਿ ਪੌਦੇ ਪਾਣੀ ਜ਼ਿਆਦਾ ਪੀਣਗੇ। ਇਹਨਾਂ ਸਾਰੀਆਂ ਚੀਜ਼ਾਂ ਨਾਲ ਪੌਦੇ ਆਪਣੇ ਆਪ ਨੂੰ ਹੀਟ ਸਟ੍ਰੈੱਸ ਤੋਂ ਬਚਾਉਂਦੇ ਨੇ। ਤਾਂ ਇਸ ਵੀਡੀਓ ਦੇ ਵਿੱਚ ਮੁੱਕਦੀ ਜੀ ਗੱਲ ਕਿ ਹੀਟ ਸਟ੍ਰੈੱਸ ਕੀ ਹੁੰਦੀ ਹੈ, ਯਾਨੀ ਕਿ ਤਾਪਮਾਨ ਦਾ ਪ੍ਰਭਾਵ ਕਣਕ ਦੇ ਉੱਤੇ ਕਿੰਨਾ ਪੈਂਦਾ, ਕਿਵੇਂ ਪੈਂਦਾ, ਅਤੇ ਅਸੀਂ ਇਹਨੂੰ ਕਿਵੇਂ ਬਚਾ ਸਕਦੇ ਹਾਂ। ਉਮੀਦ ਕਰਦਾ ਕਿ ਇਹ ਜਾਣਕਾਰੀ ਜਿਹੜੀ ਕਿ ਵੱਖ ਵੱਖ ਖੋਜ ਪੱਤਰਾਂ ਤੋਂ ਲੈ ਕੇ ਤੁਹਾਡੇ ਸਾਹਮਣੇ ਰੱਖੀ ਹੈ, ਅਤੇ ਬੜੀ ਲਾਹੇਵੰਦ ਹੋਊਗੀ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ ਜੀ।